ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟ ਭਰਾ ਭੈਣ ਨੂੰ ਲੁਧਿਆਣਾ ਦੇ ਥਾਣਾ ਮਾਡਲ ਟਾਊਨ ਪੁਲਿਸ ਨੇ ਗ੍ਰਿਫਤਾਰ ਕੀਤਾ। ਇਹਨਾਂ ਦੇ ਕੋਲੋਂ ਕਰੋੜਾਂ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਭਰਾ ਭੈਣ 'ਤੇ ਆਰੋਪ ਹੈ ਕਿ ਇਹਨਾਂ ਵੱਲੋਂ ਵਿਦੇਸ਼ ਭੇਜਣ ਦੇ ਨਾਂ 'ਤੇ ਫਾਈਲਾਂ ਲਗਵਾਈਆਂ ਜਾਂਦੀਆਂ ਸੀ, ਪਰ ਬਾਅਦ 'ਚ ਉਹਨਾਂ ਦੇ ਦਸਤਾਵੇਜ਼ਾਂ 'ਚ ਕਈ ਕਮੀਆਂ ਕਰ ਦਿੱਤੀਆਂ ਜਾਂਦੀਆਂ ਸੀ, ਫਾਈਲ ਰਿਜੈਕਟ ਕਰ ਦਿੱਤੀ ਜਾਂਦੀ ਸੀ। ਇਸੇ ਦੌਰਾਨ ਲੋਕਾਂ ਪਾਸੋਂ ਪੈਸੇ ਵੀ ਠੱਗੇ ਜਾਂਦੇ ਸੀ। ਇਸ ਤੋਂ ਬਾਅਦ ਪੁਲਿਸ ਨੂੰ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਇਹਨਾਂ ਦੋਵਾਂ ਨੂੰ ਕਾਬੂ ਕੀਤਾ ਅਤੇ ਇਹਨਾਂ ਕੋਲੋਂ 1 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਹੈ। ਸਿਟੀ ਹੋਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ। ਸਾਡੇ ਕੋਲ ਇਹਦੇ ਵਿੱਚ ਰਵਨੀਤ ਕੌਰ ਦੇ ਵੱਲੋਂ ਇੱਕ ਕੰਪਲੇਂਟ ਮਸੂਲ ਹੋਈ ਸੀ। ਉਹਦੀ ਜੀ ਇਨਕੁਆਇਰੀ ਤੋਂ ਬਾਅਦ ਇਨਕੁਆਇਰੀ ਕਮਿਸ਼ਨਰ ਸਾਹਿਬ ਨੇ ਮੁਕੱਦਮਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਸੀ। ਜਦੋਂ ਫਿਰ ਅਸੀਂ ਮੁਕੱਦਮਾ ਦਰਜ ਕਰਕੇ ਇਹਦੀ ਤਫਤੀਸ਼ ਅਮਲ 'ਚ ਲਿਆਂਦੀ ਅਤੇ ਪਹਿਲਾਂ ਸਭ ਤੋਂ ਪਹਿਲਾਂ ਇਹਦੀ ਗਲੋਬਲ ਇਮੀਗ੍ਰੇਸ਼ਨ ਦੇ ਜਿਹੜੇ ਓਨਰ ਨੇ ਅਮਿਤ ਮਲਹੋਤਰਾ, ਉਹਨਾਂ ਦੇ ਅਸੀਂ ਅਰੈਸਟ ਕੀਤਾ। ਸੇਮ ਡੇ ਅਰੈਸਟ ਕੀਤਾ, 4/9 ਨੂੰ ਮੁਕੱਦਮਾ ਦਰਜ ਸੀ, 4/9 ਉਹਨਾਂ ਦੀ ਅਰੈਸਟ ਕੀਤਾ ਗਿਆ ਉਹਨਾਂ ਨੂੰ। ਉਸ ਤੋਂ ਬਾਅਦ ਉਹਨਾਂ ਦੀ ਕੰਪਲੇਂਟ ਉਹਨਾਂ ਦੀ ਅੱਗੇ ਪੁੱਛਗਿੱਛ ਦੇ ਉੱਪਰ ਹੀ ਫਰਦਰ ਉਹਨਾਂ ਦੀ ਸਿਸਟਰ ਵੀਨੂ ਮਲਹੋਤਰਾ, ਜੋ ਉਹਨਾਂ ਦੇ ਬਿਜ਼ਨਸ ਪਾਰਟਨਰ ਵੀ ਸੀਗੇ ਅਤੇ ਪਲੱਸ ਇਹ ਫਰੋਡ ਕਰਨ ਦੇ ਵਿੱਚ ਵੀ ਹਿੱਸੇਦਾਰ ਸੀਗੇ। ਉਸ ਤੋਂ ਬਾਅਦ ਉਹਨਾਂ ਨੂੰ ਉਸ ਤੋਂ ਬਾਅਦ ਅਰੈਸਟ ਕਰਕੇ ਅਸੀਂ ਮਾਣਯੋਗ ਅਦਾਲਤ ਸਰਚ ਵਾਰੰਟ ਹਾਸਲ ਕਰਕੇ ਉੱਥੋਂ ਅਸੀਂ ਇਹਨਾਂ ਦੇ ਘਰ ਦੀ ਸਾਰੀ ਸਰਚ ਕਰਕੇ ਸਾਨੂੰ ਦੌਰਾਨੀ ਸਰਚ ਉੱਥੋਂ 1,07,700 ਰੁਪਏ ਬਰਾਮਦ ਕੀਤੇ ਗਏ ਮੌਕੇ ਤੋਂ। ਜੋ ਸਾਰਾ ਇਹਨਾਂ ਦੇ ਦੱਸਣ ਦੇ ਮੁਤਾਬਿਕ ਕਿ ਜੋ ਉਹਨਾਂ ਨੇ ਆਮ ਲੋਕਾਂ ਨਾਲ ਭੋਲੇ ਭਾਲੇ ਲੋਕਾਂ ਨਾਲ ਠੱਗੀ ਕਰਕੇ ਉਹਨਾਂ ਨੂੰ ਬਾਹਰ ਜਾਣ ਦੇ ਸੁਪਨੇ ਦਿਖਾ ਕੇ ਬਾਅਦ ਵਿੱਚ ਉਹਨਾਂ ਤੋਂ ਫਰੋਡੈਂਟਲੀ ਸਾਰਾ ਪੈਸਾ ਇਹ ਇਕੱਠਾ ਕੀਤਾ, ਉਹ ਸਾਰੀ ਅਮਾਊਂਟ ਉਹਨਾਂ ਦੇ ਘਰ ਦੇ ਤੋਂ ਜ਼ਬਤ ਕੀਤੀ ਗਈ। ਸਾਡੇ ਕੋਲ ਜੀ ਫਿਲਹਾਲ ਵਾਲੇ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗ ਰਿਹਾ ਇਸ ਨਿਊਜ਼ ਤੋਂ ਬਾਅਦ, ਸਾਰੇ ਸਾਡੇ ਕੋਲ ਲੋਕ ਅੱਗੇ ਫਰਦਰ ਹੋਰ ਕੰਪਲੇਂਟਸ ਲੈ ਕੇ ਆ ਰਹੇ ਆ। ਬਾਕੀ ਕੁਛ ਕੰਪਲੇਂਟਾਂ ਸਾਡੀ ਇਨਕੁਆਇਰੀ ਅਧੀਨ ਵੀ ਹੈਗੀਆਂ। ਉਸ ਤੋਂ ਬਾਰੇ ਵੀ ਉਸ ਐਂਗਲ ਤੋਂ ਵੀ ਜਾਂਚ ਪੜਤਾਲ ਕਰ ਰਹੇ ਹਾਂ ਜੀ ਅਸੀਂ। ਉਸ ਤੋਂ ਬਾਅਦ ਇਹਨੇ ਕਿੰਨੇ ਕਲਾਇੰਟਸ ਡੀਲ ਕੀਤੇ, ਕਿੰਨੇ ਲੋਕਾਂ ਦੇ ਇਹਨਾਂ ਨੇ ਫਾਈਲਸ ਅੱਗੇ ਲਗਾਈਆਂ, ਉਸ ਅਕੋਰਡਿੰਗ ਵੀ ਦੇਖਿਆ ਜਾਏਗਾ ਜੀ। ਹਾਂਜੀ, ਉਹ ਸੀਐਮ ਸਿਕਿਉਰਿਟੀ ਦੇ ਵਿੱਚ ਸੀਨੀਅਰ ਕਾਂਸਟੇਬਲ ਰੈਂਕ ਦੇ ਉੱਪਰ। ਬਾਕੀ ਵੀ ਚੱਲ ਰਹੀਆਂ ਜੀ, FIR ਦਰਜ ਹੋਣਗੀਆਂ ਸਾਡੇ ਕੋਲ, ਹਲੇ ਹੋਰ ਵੀ ਮੁਕੱਦਮੇ ਦਰਜ ਹੋਣੇ ਇਹਨਾਂ ਦੇ ਅਗੇਂਸਟ, ਸਾਡੇ ਕੋਲ ਕੰਪਲੇਂਟਸ ਪਾਈਪਲਾਈਨ ਦੇ ਵਿੱਚ ਹੈਗੀਆਂ, ਜੋ 1-2 ਦਿਨ ਦੇ ਤੁਹਾਨੂੰ ਰਿਜ਼ਲਟ ਮਿਲ ਜਾਏਗਾ ਉਹ ਚੀਜ਼ ਦਾ। ਦੇਖੋ ਜੀ, ਮੇਰਾ ਸਾਰੇ ਏਜੰਟਸ ਨੂੰ ਇਹੀ ਸੁਨੇਹਾ ਹੈਗਾ, ਹਰ ਇੱਕ ਦਾ ਆਪਣਾ ਆਪਣਾ ਬਿਜ਼ਨਸ ਹੁੰਦਾ, ਹਰ ਇੱਕ ਨੇ ਕਰਨਾ, ਹਰ ਇੱਕ ਨੂੰ ਬਿਜ਼ਨਸ ਨੂੰ ਕਰਨ ਦਾ ਇੱਕ ਵੇ ਹੁੰਦਾ। ਤੁਸੀਂ ਉਸ ਵੇ ਤੋਂ ਜੇ ਆਊਟ ਆਫ ਵੇ ਜਾਂਦੇ ਹੋ ਤਾਂ ਤੁਹਾਡੇ ਲਈ ਪੁਲਿਸ ਅਵੇਲੇਬਲ ਹੈ ਤੁਹਾਨੂੰ ਠੀਕ ਕਰਨ ਦੇ ਲਈ।